ਜਿਹਨਾਂ ਨੇ ਕਰੋੜਾਂ ਰੁਪਏ ਦਾ ਸਕੈਮ ਕੀਤਾ ਫੋਕੀ ਮਸ਼ੀਨ ਵਿੱਚ ਉਹਦੇ ਰਿਗਾਰਡਿੰਗ ਮੈਂ ਕੇਸ ਪਾਇਆ ਸੀਗਾ ਇਹ ਮੇਰੇ ਤੇ ਕਈ ਦਿਨਾਂ ਦੇ ਟਰਾਈ ਕਰ ਰਹੇ ਸੀ ਇਸ ਨੂੰ ਕਿਵੇਂ ਫਸਾਇਆ ਜਾਵੇ ਤਾਂ ਇਸ ਕਰਕੇ ਮੈਨੂੰ ਧੋਖੇ ਨਾਲ ਬੁਲਾ ਗਿਆ ਮੈਨੂੰ ਬਾਰ ਬਾਰ ਮਨਾ ਕਰ ਰਹੇ ਸੀ ਬੰਦੇ ਵੀ ਤਾਂ ਕਮੇਟੀ ਜਾਣਾ ਨਹੀਂ ਮੈਂ ਫਿਰ ਵੀ ਪ੍ਰਧਾਨ ਜੀ ਬਾਰ ਬਾਰ ਪ੍ਰੈਸ਼ਰ ਕਰਨ ਲੱਗੇ ਫਿਰ ਮੈਨੂੰ ਜਾਣਾ ਪੈ ਗਿਆ ਮੈਂ ਚੱਲ ਜਾਇਆ ਉਹਨੇ ਕਹਿੰਦਾ ਚਾਹ ਪੀਣੇ ਚਾਹ ਪੀਣ ਦੇ ਵੇ ਨੇ ਮੈਨੂੰ ਬੁਲਾ ਲਿਆ ਬੰਨੀ ਕਿ ਬਦਲ ਗਿੜੀ ਚਾਹ ਪਿਉਣਗੇ 112 ਨੰਬਰ ਤੇ ਕੰਪਲੇਂਟ ਪਾਈ ਵੀ ਮੈਂ ਕਮੇਟੀ ਗਿਆ ਸੀ ਐਦਾਂ ਮੈਨੂੰ ਬੁਲਾਇਆ ਗਿਆ ਸੀ ਮੇਰੇ ਨਾਲ ਆਹ ਕੁਛ ਹੋਇਆ ਇਹ ਤੇਜੇ ਨੇ ਔਰ ਇਹਨਾਂ ਨੇ ਮਿਲ ਕੇ ਸਾਰਿਆਂ ਨੇ ਮੇਰੇ ਨਾਲ ਕਾਲ ਕਰਿਆ ਇਹ ਤਾਂ ਮੇਰੇ ਤੇ ਇਸ ਚੀਜ਼ ਦੀ ਪਲਾਨਿੰਗ ਕਾਫੀ ਤਰ੍ਹਾਂ ਤੋਂ ਕਰਦੇ ਸੀ ਮੈਨੂੰ ਹਰ ਬੰਦੇ ਤੋਂ ਸ਼ੇਅਰ ਦੀ ਆ ਰਹੀ ਸੀ ਵੀ ਬੰਦੇ ਤੈਨੂੰ ਨੁਕਸਾਨਗੇ ਆਖਰ ਇਹ ਹੋ ਕੀ ਰਿਹਾ ਜੋ ਸਫਾਈ ਕਰਮਚਾਰੀ ਲੋਕਾਂ ਦੇ ਘਰਾਂ ਅੱਗਿਓਂ ਕੂੜਾ ਕਰਕਟ ਚੱਕਦੇ ਨੇ ਪਰ ਇਹ ਕੀ ਇਹ ਤਾਂ ਕੂੜੇ ਦੇ ਢੇਰ ਕਿਸੇ ਦੇ ਘਰ ਅੱਗੇ ਲਗਾ ਰਹੇ ਨੇ ਆਖਰ ਮਸਲਾ ਕੀ ਹੈ ਡੰਡਿਆਂ ਸੋਟਿਆਂ ਦੇ ਨਾਲ ਹੁੰਦੀਆਂ ਲੜਾਈਆਂ ਤਾਂ ਤੁਸੀਂ ਬਹੁਤ ਵੇਖੀਆਂ ਹੋਣਗੀਆਂ ਪਰ ਕੂੜੇ ਦੇ ਨਾਲ ਹੁੰਦੀ ਲੜਾਈ ਤੁਸੀਂ ਪਹਿਲੀ ਵਾਰ ਵੇਖ ਰਹੇ ਹੋਵੋਗੇ ਦਰਅਸਲ ਨਾਭਾ ਨਗਰ ਕੌਂਸਲ ਦੇ ਸੈਨੇਟਰੀ ਸੁਪਰੀਵਾਈਜ਼ਰ ਤੇਜਾ ਸਿੰਘ ਤੇ LIC ਦੇ ਏਜੰਟ ਰਜੇਸ਼ ਕੁਮਾਰ ਵਿਚਕਾਰ RTI ਨੂੰ ਲੈ ਕੇ ਕਹਾ ਸੁਣੀ ਹੋ ਗਈ ਮਸਲਾ ਇੰਨਾ ਵੱਧ ਗਿਆ ਕਿ ਸੈਨੇਟਰੀ ਸੁਪਰੀਵਾਈਜ਼ਰ ਦੇ ਇਸ਼ਾਰੇ ਤੇ LIC ਦੇ ਏਜੰਟ ਰਜੇਸ਼ ਕੁਮਾਰ ਦੇ ਘਰ ਦੇ ਅੱਗੇ ਗੰਦਗੀ ਦਾ ਡੰਪ ਹੀ ਬਣਾ ਦਿੱਤਾ ਗਿਆ ਜਿਸ ਦੀ ਇਹ CCTV ਫੁਟੇਜ ਵੀ ਸਾਹਮਣੇ ਆਈ ਹੈ ਫੁਟੇਜ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਸਫਾਈ ਕਰਮਚਾਰੀ ਰਜੇਸ਼ ਕੁਮਾਰ ਦੇ ਘਰ ਅੱਗੇ ਕੂੜੇ ਦੇ ਢੇਰ ਲਗਾ ਰਹੇ ਨੇ ਤੇ ਹੁਣ ਆਲਮ ਇਹ ਹੈ ਕਿ ਇਸ ਸਭ ਤੋਂ ਸਾਰਾ ਮੁਹੱਲਾ ਬੇਹੱਦ ਦੁਖੀ ਹੈ ਦਰਅਸਲ ਨਾਭਾ ਨਗਰ ਕੌਂਸਲ ਦੇ ਸੈਨੇਟਰੀ ਸੁਪਰੀਵਾਈਜ਼ਰ ਅਤੇ LIC ਦੇ ਏਜੰਟ ਰਜੇਸ਼ ਕੁਮਾਰ ਦੀ ਆਪਸੀ ਲੜਾਈ ਨੇ ਮੁਹੱਲੇ ਦਾ ਵੀ ਜੀਣਾ ਦੁੱਬਰ ਕਰ ਦਿੱਤਾ ਹੈ LIC ਦੇ ਏਜੰਟ ਰਜੇਸ਼ ਕੁਮਾਰ ਵੱਲੋਂ ਨਗਰ ਕੌਂਸਲ ਦੇ ਖਿਲਾਫ RTI ਪਾਈ ਗਈ ਹੈ ਜਿਸ ਵਿੱਚ ਉਸਨੇ ਦੋਸ਼ ਲਗਾਏ ਨੇ ਕਿ ਨਗਰ ਕੌਂਸਲ ਵਿੱਚ ਫੋਗਿੰਗ ਮਸ਼ੀਨ ਦੇ ਨਾਲ ਹੋ ਰਹੇ ਛਿੜਕਾਅ ਦੇ ਨਾਮ ਤੇ ਲੱਖਾਂ ਰੁਪਏ ਦੇ ਘਪਲੇ ਹੋਏ ਨੇ ਰਜੇਸ਼ ਕੁਮਾਰ ਨੇ RTI ਨਾ ਦੇਣ ਦੇ ਸੰਬੰਧ ਵਿੱਚ ਹਾਈਕੋਰਟ ਵਿੱਚ ਕੇਸ ਵੀ ਕੀਤਾ ਹੋਇਆ ਜਿਸ ਨੂੰ ਲੈ ਕੇ ਨਾਭਾ ਨਗਰ ਕੌਂਸਲ ਦੇ ਸੈਨੇਟਰੀ ਸੁਪਰੀਵਾਈਜ਼ਰ ਤੇਜਾ ਸਿੰਘ ਤੇ LIC ਦੇ ਏਜੰਟ ਰਜੇਸ਼ ਕੁਮਾਰ ਵਿਚਕਾਰ ਖਿੱਚੋਤਾਣ ਚੱਲ ਰਹੀ ਹੈ ਉਧਰ ਸੈਨੇਟਰੀ ਸੁਪਰੀਵਾਈਜ਼ਰ ਤੇਜਾ ਸਿੰਘ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਵੱਲੋਂ ਦੋਸ਼ ਲਗਾਏ ਗਏ ਨੇ ਕਿ ਰਜੇਸ਼ ਕੁਮਾਰ ਵੱਲੋਂ ਉਹਨਾਂ ਦੇ ਨਾਲ ਹੱਥੋਪਾਈ ਕੀਤੀ ਗਈ ਹੈ ਉਹਨਾਂ ਦੋਸ਼ ਲਗਾਇਆ ਕਿ ਰਜੇਸ਼ ਕੁਮਾਰ ਝੂਠੀਆਂ RTI ਪਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜੀ ਮੈਂ ਨਗਰ ਕੌਂਸਲ ਦੇ ਪੁਰਾਣੇ ਦਫ਼ਤਰੋਂ ਨਵੇਂ ਦਫ਼ਤਰ ਜਾ ਰਿਹਾ ਸੀ ਸਾਡੇ ਟੀਮਾਂ ਨੇ ਆਉਣਾ ਸਫਾਈ ਸੰਬੰਧੀ ਹਦਾਇਤਾਂ ਕਰ ਰਹੇ ਸੀ ਜੋ ਹਦਾਇਤਾਂ ਸਰਕਾਰ ਦੀਆਂ ਨੇ ਉਹਨਾਂ ਸੰਬੰਧੀ ਮੈਂ ਦਫ਼ਤਰ ਉੱਧਰ ਚੈੱਕ ਕਰਨ ਗਿਆ ਸਫਾਈ ਸੰਬੰਧੀ ਉੱਥੇ ਖੜਾ ਸੀਗਾ ਅਤੇ ਰਜੇਸ਼ ਕੁਮਾਰ ਸ਼ਰਮਾ LIC ਦਾ ਏਜੰਟ ਆ LIC ਦਾ ਏਜੰਟ ਆ ਜੀ ਰਜੇਸ਼ ਕੁਮਾਰ ਸ਼ਰਮਾ ਇਹਨੇ ਸਾਡੇ RTI ਵੀ ਬਹੁਤ ਪਾਈਆਂ ਹੋਈਆਂ ਨੇ 25 ਦੇ ਕਰੀਬ RTI ਨੇ ਅਸੀਂ ਇਹਨਾਂ ਨੂੰ ਜਵਾਬ ਵੀ ਦੇ ਜਾਂਦੇ ਨਾਲ ਦੀਆਂ ਜੋ RTI ਪਾਉਂਦੇ ਸੀਗੇ ਜਵਾਬ ਦੇ ਦਿੰਦੇ ਅੱਜ ਵੀ ਜਦੋਂ ਮੈਂ ਉੱਧਰ ਗਿਆ ਤਾਂ ਉੱਥੇ ਮੈਨੂੰ ਇਹਨੇ ਮਤਲਬ ਮੈਨੂੰ ਕਿਹਾ ਤੂੰ RTI ਦੇ ਜਵਾਬ ਮੈਂ ਕਿਹਾ ਵੀ ਟਾਈਮ ਦੇਵਾਂਗੇ ਤੈਨੂੰ ਜਦੋਂ 30 ਦਿਨਾਂ ਦੇ ਵਿੱਚ ਦੇਣਾ ਹੁੰਦਾ ਤੈਨੂੰ ਲੈਟਰ ਕੱਢਿਆ ਪੈਸੇ ਭਰਦੇ ਤੈਨੂੰ RTI ਦੇ ਜਵਾਬ ਤੈਨੂੰ ਦਿੰਦੇ ਹਾਂ ਬਸ ਉੱਥੇ ਸਾਡੀ ਹੱਥੋਂ ਪਾਈ ਹੋ ਗਈ ਮੈਨੂੰ ਇਹਨੇ ਧੱਕਾ ਮਾਰਿਆ ਮੈਂ ਕਹਿੰਦਾ ਸਾਲਾ ਕਹਿੰਦਾ ਜਵਾਬ ਅਜੇ ਤੱਕ ਕਹਿੰਦਾ ਇਹਨੇ ਟਾਈਮ ਉੱਪਰ ਹੋ ਗਿਆ ਕਹਿੰਦਾ ਦੇ ਨਹੀਂ ਹੈਗਾ ਬਸ ਉੱਥੇ ਹੱਥੋਂ ਪਾਈ ਹੋ ਗਈ ਜੀ ਮੈਨੂੰ ਕਿਹਾ ਵੀ ਤੂੰ ਸਟੇਟ ਕਮਿਸ਼ਨ ਦੇ ਵਗਦਾ ਮੈਂ ਕਿਹਾ ਸਟੇਟ ਕਮਿਸ਼ਨ ਦੇ ਦੂੰਗਾ ਮੈਂ ਪਹਿਲਾਂ ਤੈਨੂੰ RTI ਟਾਈਮ ਦੇ ਹੀ ਰਿਹਾ ਸੀ ਸਫਾਈ ਕਰਮਚਾਰੀਆਂ ਦੇ ਸੰਬੰਧੀ RTI ਆ ਮਤਲਬ ਰੋਜ਼ਾਨਾ ਉਹੀਓ ਵੈਸੇ ਝੂਠੀਆਂ ਪਤਾ ਨਹੀਂ ਜੀ ਮੈਂ ਔਨ ਡਿਊਟੀ ਸੀਗਾ ਜੀ ਮੈਂ ਸੈਂਟਰੀ ਸੁਪਰਵਾਈਜ਼ਰ ਹਾਂ ਜੀ ਹਾਂ ਮੈਂ ਸਾਡੇ ਮਤਲਬ ਕੱਲ੍ਹ ਨੂੰ ਟੀਮਾਂ ਨੇ ਆਉਣਾ NGT ਦੀਆਂ ਉਹਦੇ ਸੰਬੰਧ ਦੇ ਵਿੱਚ ਸਾਨੂੰ ਅਸੀਂ ਉੱਥੇ ਮਤਲਬ ਹੋਰ ਕਾਫੀ ਕੰਮ ਨੇ ਸਫਾਈ ਸੰਬੰਧੀ ਮੈਂ ਉੱਧਰ ਮੌਕਾ ਚੈੱਕ ਕਰਨ ਗਿਆ ਸੀਗਾ ਮੈਂ ਕਿਹਾ ਕਈ ਵਾਰੀ ਟੀਮ ਉੱਧਰ ਆ ਜਾਂਦੀ ਆ ਉੱਧਰ ਚੈੱਕ ਕਰੇ ਸਫਾਈ ਸੰਬੰਧੀ ਤਾਂ 1:15 ਵਜੇ ਇਹ ਉੱਥੇ ਖੜਾ ਸੀਗਾ ਪਹਿਲਾਂ ਪਾੜਤੀਆਂ ਜੀ ਸਾਰੀਆਂ ਬਹੁਤ ਜ਼ਰੂਰੀ ਕਾਗਜ਼ ਸੀਗੇ ਲੈਟਰ ਔਨ ਡਿਊਟੀ ਸੀਗਾ ਜੀ ਸਾਰੇ ਕਾਗਜ਼ ਪਾੜਤੇ ਜੀ ਬੜੇ ਜ਼ਰੂਰੀ ਕਾਗਜ਼ ਸੀਗੇ ਜੀ ਅਤੇ ਜਵਾਬ ਭੇਜਣੇ ਸੀਗੇ ਪਟਿਆਲੇ ਨੂੰ ਹਾਂਜੀ ਸਰ ਧੱਕਾ ਮਾਰਿਆ ਜੀ ਪੱਗ ਲੈ ਗਈ ਮੇਰੀ ਉੱਥੇ ਬੇਇੱਜ਼ਤੀ ਹੋ ਗਈ ਜੀ ਮੈਂ ਮੁਲਾਜ਼ਮ ਹਾਂ ਜੀ ਦਫ਼ਤਰ ਦੇ ਵਿੱਚ ਬਹੁਤ ਬੇਇੱਜ਼ਤੀ ਹੋ ਗਈ ਜੀ ਧੱਕਾ ਮਾਰਿਆ ਕੱਪੜੇ ਪਾੜਦੇ ਜੀ ਬਨੈਣ ਪਾੜਦੇ ਜੀ ਜ਼ੋਰ ਨਾਲ ਧੱਕਾ ਮਾਰਿਆ ਢੂਹੀ 'ਚ ਦਰਦ ਹੁੰਦਾ ਹਾਂਜੀ 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 ਸਰ ਮੈਂ ਉੱਥੇ ਐਮਰਜੈਂਸੀ ਦੇ ਵਿੱਚ ਅਪਡੇਟ ਕਰਤੀ ਸੀਗੀ ਇਹ ਜੀ ਜਸਪਾਲ ਕਲੋਨੀ ਹੈ ਜੀ ਗੜੀ ਨੰਬਰ 3 ਬਸ ਜੀ RTI ਝੂਠੀਆਂ ਜੀ ਬਲੈਕਮੇਲ ਨਹੀਂ ਜੀ ਨਹੀਂ ਵੈਸੇ ਮਤਲਬ ਸਾਨੂੰ ਮਾਰਗ ਹੁੰਦੇ ਆ ਕੋਈ ਲੈਟਰ 25 ਦੇ ਗਰੀਬ ਦਾ ਮੈਂ ਇਹਨੂੰ ਜਵਾਬ ਦੇ ਤੇ ਜੀ ਝੂਠੀਆਂ ਰੋਜ਼ ਕੋਈ ਨਾ ਕੋਈ ਜਾਣ ਕੇ ਹਰਾਸਮੈਂਟ ਆ ਜੀ
उधर दूजे पासे राजेश कुमार ने अपना पक्ष रखते हुए सारे दोषियों नूं नकारिया ते कहा कि उसकी जान नूं खतरा है ते उसनूं झूठे केस विच फसाउण दी कोशिश की जा रही है। सर मैंने सवेरे पप्पू जी ने मैं मैसेज कराया कि डंप के बारे भी सोप डंप है मेरे बारमूरे तो उन्होंने कहा भी तुम आ जाओ दफ्तर 11 बजे ठीक है। उस तो बाद उन्होंने 1:30 बजे के आसपास फिर फोन आया भी तुम आ जाओ मैं वेट कर रहा मैं चला गया। तो उस तो बाद जो गल हुई वो कहें भी मैं फिर फोन करा कमेटी जाके मैं सर कितने हो कहें भी तुम मैं इतनी हाँ तुम आओ मैं ईओ के कमरे चला गए चला गए मैं मेरे स्टाफ से मेरा इंपलाई से जो दफ्तर से असं गए हाँ दफ्तर के पहला पप्पू पंकज जी से फिर अपने आ गए अपने की बोलते हैं वो कहते अपने हूँ अगे बदना आरटीआई सारिया वापस लेनी मैं सर ले लाँगे तुम मैंने मेरे डॉकूमेंट दे दो जी मैं 6,000 के आसपास फीस भरी है मैं डॉकूमेंट लैके आरटीआई वापस कर देना मैंने किसी ना कोई गिला सुखवा नहीं है जो हाई कोर्ट के केस लगे है वो हाई कोर्ट फैसला करेगा मैंने इस चीज़ तो कोई इतराज़ नहीं है। वो सर फोगी मशीन है फ्यूल करप्शन कांड से सर इन्होंने करोड़ों रुपए का स्कैम किया फोगी मशीन उसके रिगार्डिंग मैं केस पाया सीगा ये मेरे ते कई दिनों से ट्राई कर रहे थे इसको किवें फसाया जाए तो इस करके मैं धोखे ना बुलाया गया साजिश के तहत सवेरे बुलाया गया मैं फोन करके बुलाया गया कोई लड़ाई नहीं सर जी कुछ नहीं नथिंग सर मैं जो मैंने देखा ना मैं इन्हें जो 8-10 बंदे इकट्ठे हुए यू साहब के कमरे से मैंने उत्थे एक प्याना मार के बाथरूम का प्याना मार के मैं बाहर निकलिया भी ताकि मैं बाथरूम करके जो इन्हों तो निकल सकता जब मैं उतो बाथरूम करके वापस आया तो यह उत्थे 8-10 बंदे गेट मूहे खड़े थे यार एक साइड से खड़े थे वो कहते इधर हाउस टैक्स वाले पास आओ थोड़ा बैठ के आप गल करते हैं तो तेजा बड़ा दूर खड़ा सगा मेरे नेड़े तेड़े भी नहीं तेजा बहुत दूर सगा तो इन स्कैम मैं ये लगता है कोई प्लानिंग कर रहे हैं क्योंकि इस हिसाब ने मैं बुलाया तो गल कर रहे थे बंदे इकट्ठे हो रहे थे मैंने ये लगता है कोई ना कोई गड़बड़ है तो जिदे करके मैं तरीका यह किया मैं भी तुम इन्ने बंदे हो गए मैंने भी एक मौका दे दो मैं भी किसी को बुला ला हौली हौली करके जब मैं बंदे गल की कहें इतने ना करो कहते रौला पाँगे कुछ ना कुछ गड़बड़ करे इस करके बाहर आ जाओ मैं बाहर चला गया तो मैं स्टाफ को चाबी दी मैं कहा मैं यार मोटरसाइकिल लिया तो स्टाफ नूं उत्थे बंदी बना लिया इन्होंने स्टाफ नूं मेरे स्टाफ नूं बंदी बना के उसनों बार बार टोर्चर करके मेरे तो मैनू फोन कराए गए वो कहता भी उसनों बुला मैं उसनों लारे लाई गया मैं आ रहा मैं निकल गया फटाफट जिथे मैं सेफ जगह पर आया मैं 112 नंबर से कंप्लेट पाई भी मैं कमेटी गया सी इदा मैं बुलाया गया सी मेरे नाल आ कुछ होया ये तेजे ने और इन्होंने मिल के सारे ने मेरे नाल कांड कर मैं एक बहुत बड़ा स्कैम है फोगिंग मशीन का स्कैम जिसनों मैं उजागर कर रहा है जिदा मैं हाई कोर्ट केस ला रहा इस करके जरा तेजा कोई मार कुट नहीं कोई है जब कोई मार कुट नहीं तेजा तो मैं तेजा मेरा घट्टो घट 15 साल पुराना दोस्त है मैं उसको क्यों मार कुटूंगा मेरा लाना देना तो है ही कुछ नहीं सुना सरकारी कहने कागज से नहीं सरकार लेने देने नहीं बाहर खड़े से सरकारी कागज तो मुझे कितने यूज हो गए ये तो मेरे तो इस चीज़ की प्लानिंग काफ़ी तरह तो करते मैंने हर बंद तुम आईडी आ रही थी भी बंद तो नुकसान गए मैं बार बार मना कर रहे थे बंदे भी तो कमेटी जाना नहीं है मैं फिर भी प्रधान जी बार बार प्रेशर करन लगे फिर मैं जाना पै गया मैं चल जाए आने कहना चाह पीने चाह पीने के बहने मैंने बुला लिया मैंने कि पता भी कि चाह पिया मैंने हाई कोर्ट से केस लगे है सर तो मेरे बार बार इन्होंने कूड़ा पाता कूड़ा पाने का की लॉजिक है बार मूहे मेरा देखो डंप बनाता घर इन्होंने तो डंप मेरी दुकान बनी पी है दसो मैं कितने जावा एक आम आदमी इदा हो रहा तो सुनवाई कितने होगी आम आदमी की उत्थे इस मामले की जांच कर रही पुलिस ने दस्या कि सैनेटरी सुपरवाइजर के बयान के आधार पर LIC के एजेंट राजेश कुमार के खिलाफ वख-वख तरहों के तहत मामला दर्ज कर लिया गया ते पुलिस इस मामले की बारीकी नाल जांच कर रही है। अज म्यूनसिपल कमेटी नाभा के एक तेजा सिंह सैनिटरी इंस्पैक्टर दाखिल हुए थे हॉस्पिटल में जिन्होंने कहा कि उत्थे राजेश कुमार नाम के व्यक्ति ने उन्होंने कुटमार करी है तो उन्होंने ड्यूटी में विघन पाया जिस तहत मुकदमा नंबर 93 दर्ज करके तफ्तीश अमल में लिया रहे हैं। मैटर ऑफ इन्वेस्टिगेशन है जी असं चेक कर लेंगे जिवें कोई फैक्ट सामने आने वो मुताबिक कार्रवाई कर देंगे जी तहत ड्यूटी विघन पाने की है जी कुटमार कर वो सारे तारा ला के असी मुकदमा दर्ज कर कुटमार हुई है जी कुटमार हुई है तो बाकी सारी चीज़ असी हले परचा दर्ज कर इन्वेस्टिगेशन के दौरान जो भी गल कोई सामने आऊगी वो बारे तुम जान अगे गल जिम्मे सामने आऊगी जी बारे तुम जानकारी देवे हले फिलहाल तो कुटमार की हुई है बाकी असं पुछ के जिम्मे भी कोई गल आऊगी थोड़े बारे जानकारी दे दें। ब्यूरो रिपोर्ट ABP साझा ABP साझा जोश जज्बा जुनून।